ਅਸੀਂ ਪੁੱਤਰ ਹਾਂ ਦਸ਼ਮੇਸ਼ ਜੀ ਦੇ, ਸਦਾ ਸੱਚ ਅਤੇ ਪੰਥ 'ਤੇ ਅੜਨ ਵਾਲੇ। ਧਰਮ ਕੌਮ ਅਤੇ ਦੇਸ਼ ਦੀ ਛਾਵਾਂ ਤੋਂ ਅਸੀਂ ਵਾਂਗ ਪਤੰਗਿਆਂ ਸੜਨ ਵਾਲੇ। ਅਸੀਂ ਡਰਦੇ ਨਹੀਂ ਕਦੇ ਮੌਤ ਕੋਲ, ਹੱਸ ਹੱਸ ਕੇ ਫਾਂਸੀਆਂ ਚੜ੍ਹਨ ਵਾਲੇ। ਸੀਸ ਰੱਖ ਕੇ ਆਪਣਾ ਤਲੀ ਉੱਤੇ, ਗਲੀ ਯਾਰ ਦੀ ਫੇਰ ਹਾਂ ਵੜਨ ਵਾਲੇ। ਅਸੀਂ ਜੰਮੇ ਹਾਂ ਖੰਡੇ ਦੀ ਧਾਰ 'ਚੋਂ, ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ। ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ, ਜੇਕਰ ਮਰਾਂਗੇ ਮਰਾਂਗੇ ਸ਼ਾਂਤ ਦੇ ਨਾਲ। ਆਪਣੇ ਕੀਤੇ ਤੋਂ ਮੁੱਕਰਨਾ ਤਾਂ ਦੂਰ ਦੀ ਗੱਲ ਹੈ। ਜਿਸ ਦਿਨ ਦਿਮਾਗ ਵਿੱਚ ਇਹ ਸੋਚ ਆ ਜਾਵੇਗੀ ਨਾ, ਤਾਂ ਕੀੜੇ ਪੈਣਗੇ ਸਿਰ ਵਿੱਚ। ਜੇਕਰ ਅਸੀਂ ਮੁੱਕਰਨਾ ਹੀ ਸੀ ਤਾਂ ਫਿਰ ਕਬੂਲ ਹੀ ਕਿਉਂ ਕਰਨਾ ਸੀ? ਖਾਲਿਸਤਾਨ ਦਾ ਨਾਰਾ ਹੀ ਕਿਉਂ ਲਾਉਣਾ ਸੀ? ਵੀਰੋ, ਅਸੀਂ ਤਾਂ ਜੋ ਕਰ ਸਕਦੇ ਸੀ ਕਰ ਦਿੱਤਾ, ਕੇਸ ਕਬੂਲ ਕੀਤਾ, ਮੰਗ ਕੇ ਫਾਂਸੀ ਲਈ। ਨਾ ਅਪੀਲ, ਨਾ ਦਲੀਲ ਅਤੇ ਨਾ ਵਕੀਲ। ਜੋ ਅੱਜ ਅਸੀਂ ਫਾਂਸੀ ਚੜ੍ਹ ਰਹੇ ਹਾਂ, ਇਹ ਨਾ ਸਮਝਣਾ ਕਿ ਸਾਨੂੰ ਫਾਂਸੀ ਚੜ੍ਹਾਇਆ ਜਾ ਰਿਹਾ। ਅਸੀਂ ਫਾਂਸੀ ਆਪਣੀ ਮਰਜ਼ੀ ਨਾਲ ਚੜ੍ਹੇ ਹਾਂ। ਕੇਸ ਕਬੂਲ ਕਰਨ ਤੋਂ ਬਾਅਦ ਵੀ ਅਗਰ ਅਸੀਂ ਚਾਹੁੰਦੇ ਤਾਂ ਸ਼ਰੇਆਮ ਬਰੀ ਹੋ ਸਕਦੇ ਸੀ। ਇਹੋ ਸ਼ਬਦ ਨੇ ਜੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਤੋਂ ਪਹਿਲਾਂ ਕਲਮਬੱਧ ਕੀਤੇ ਗਏ। ਸੋ ਜਿੱਥੇ ਅੱਜ ਪੂਰੀ ਸਿੱਖ ਕੌਮ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਯਾਦ ਕਰ ਰਹੀ ਹੈ, ਉੱਥੇ ਹੀ KTV ਦੀ ਸਮੁੱਚੀ ਟੀਮ ਵੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ।